ਪੰਜਾਬ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਆਮ ਨਾਗਰਿਕ ਨੂੰ ਚਾਹੇ ਉਹ ਕਿਸੇ ਵਰਗ ਦਾ ਉਹਨਾਂ ਨੂੰ ਬਰਾਬਰਤਾ ਦੇ ਹੱਕ ਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਕਰਮਚਾਰੀਆਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਅਸੀਂ ਕਰਮਚਾਰੀਆਂ ਦੇ ਪਹਿਲਾਂ DA ਵੀ ਦਿੱਤੇ ਹੈ, ਉਹਨਾਂ ਨੇ ਹੜਤਾਲ ਵਾਪਸ ਲਈ ਹੈ, ਉਹਦੇ ਲਈ ਉਹਨਾਂ ਦਾ ਧੰਨਵਾਦੀ ਹਾਂ। ਤੇ ਅੱਜ ਇੱਕ ਅਹਿਮ ਫੈਸਲਾ ਕਰਕੇ ਪੰਜਾਬ ਸਰਕਾਰ ਦੀ ਕੈਬਨਿਟ ਨੇ 36,000 ਇੰਪਲਾਈਜ਼ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਡਿਟੇਲਸ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਦੇ ਰਾਹੀਂ ਲਿਆ ਕੇ ਤੁਹਾਨੂੰ ਦੇਵਾਂਗੇ। ਸੋ ਇਹ ਕਰਮਚਾਰੀਆਂ ਲਈ ਇੱਕ ਬਹੁਤ ਬੜਾ ਤੋਹਫ਼ਾ ਹੈ ਕਿ ਅਸੀਂ ਕਰਮਚਾਰੀਆਂ 36,000 ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ DC ਰੇਟ ਹੈ ਉਹ ਘੱਟ ਹੈ, ਜਿਹਦੇ ਨਾਲ ਤਨਖਾਹਾਂ ਘੱਟ ਮਿਲ ਰਹੀਆਂ। ਪੰਜਾਬ ਸਰਕਾਰ ਨੇ ਇਕੱਲੇ ਸਰਕਾਰੀ ਕਰਮਚਾਰੀਆਂ ਦੇ ਨਹੀਂ, ਪ੍ਰਾਈਵੇਟ ਦੇ ਵੀ ਮਿਨੀਮਮ ਵੇਜ ਹੈ ਜਿਹੜੇ ਉਹ ਵਧਾਉਣ ਦਾ ਫੈਸਲਾ ਕੀਤਾ ਹੈ। ਤੇ 415 ਰੁਪਏ 99 ਪੈਸੇ ਪੰਜਾਬ ਸਰਕਾਰ ਜਿਹੜਾ ਰੇਟ ਹੈ 1 ਮਾਰਚ 2020 ਤੋਂ ਪਿੱਛੇ ਤੋਂ ਵਧਾਉਣ ਜਾ ਰਹੀ ਹੈ, ਵਧਾ ਦਿੱਤੇ ਮਤਲਬ ਕੈਬਨਿਟ 'ਚ ਪਾਸ ਹੋ ਗਿਆ। ਤੇ ਇਹਦੇ ਨਾਲ 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ DC ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਈਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਇਹਦੇ ਨਾਲ ਆਊਟਸੋਰਸ ਖਾਸ ਤੌਰ 'ਤੇ ਜਿਹੜੇ ਜਿੰਨੇ ਮੁਲਾਜ਼ਮ ਹੈ ਜਾਂ ਫੈਕਟਰੀਆਂ ਦੇ ਵਿੱਚ ਜਿੰਨੇ ਮੁਲਾਜ਼ਮ ਲੱਗੇ ਹੋਏ ਆ ਕੰਮ ਕਰਦੇ ਆ, ਪ੍ਰਾਈਵੇਟ ਕੰਮ ਕਰਦੇ ਆ, ਉਹਨਾਂ ਨੂੰ ਫਾਇਦਾ ਹੋਏਗਾ। ਜਿਹੜੀ ਸਾਡੀ ਸੋਚ ਸੀ ਕਿ ਬਹੁਤ ਘੱਟ ਤਨਖਾਹ ਮਿਲਦੀ ਹੈ ਉਸ ਨੂੰ ਅਸੀਂ ਆਪਣੀ ਨੂੰ ਅੱਗੇ ਵਧਾ ਕੇ ਤਨਖਾਹ ਵਧਾਈ ਹੈ। ਪੰਜਾਬ ਦੇ ਵਿੱਚ ਹਮੇਸ਼ਾ ਇਹ ਗੱਲ ਰਹੀ ਹੈ ਕਿ ਰੇਤ ਮਾਫੀਏ ਦਾ ਰਾਜ ਹੈ। ਤੁਸੀਂ ਕਿਸੇ ਦਰਿਆ 'ਤੇ ਚਲੇ ਜਾਓ, ਪਹਿਲਾਂ ਜਿਹੜਾ ਰੇਤਾ 16 ਰੁਪਈਏ ਤੋਂ ਲੈ ਕੇ 22 ਰੁਪਈਏ ਤੱਕ ਨਦੀ ਜਾਂ ਦਰਿਆਵਾਂ ਦੇ ਵਿੱਚ ਵਿਕਦਾ ਸੀ, ਹਾਲਾਂਕਿ ਰੇਟ 9 ਰੁਪਈਏ ਸੀ, ਅੱਜ ਸਰਕਾਰੀ ਰੇਟ 9 ਰੁਪਏ ਹੈ। ਐਸੀ ਆਪਣੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸਿੱਧਾ ਕਰਤਾ ਕੰਮ, ਤੁਸੀਂ ਕਿਸੇ ਦਰਿਆ 'ਤੇ ਚਲੇ ਜਾਓ ਅੱਜ 9 ਰੁਪਈਏ ਰੇਟਾ ਮਿਲ ਰਿਹਾ। ਲੇਕਿਨ ਇਹ ਵੀ ਮਹਿੰਗਾ ਹੈ, ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ ਜਾਂ ਖੱਡ 'ਤੇ ਰੇਤੇ ਦਾ ਰੇਟ 5 ਰੁਪਈਏ 50 ਪੈਸੇ ਹੋਏਗਾ। ਇਹਦੇ ਵਿੱਚ ਇਹ ਵੀ ਸਰਕਾਰ ਦੇ ਸਾਰੇ ਪੈਸੇ ਨਹੀਂ ਹੈ ਜਾਂ ਠੇਕੇਦਾਰ ਦੇ ਨਹੀਂ ਹੈ, ਇਹਦੇ ਵਿੱਚ ਜ਼ਿਮੀਂਦਾਰ ਜਿਹਦੀ ਜ਼ਮੀਨ ਦਰਿਆ, ਕਿਉਂਕਿ ਦਰਿਆ ਹੈ ਜਿਹੜਾ ਉਹ 90% ਜਾਂ 80% ਜ਼ਿਮੀਂਦਾਰਾਂ ਦਾ ਹੈ, ਉਹਦੀ ਮਾਲਕੀਅਤ ਜ਼ਿਮੀਂਦਾਰਾਂ ਦੀ ਹੈ, ਜਿਹਦੀ ਜ਼ਮੀਨ ਆ ਉਹ ਵੀ ਪੈਸੇ ਭਾਲਦਾ ਹੈ, ਉਹਨੂੰ ਵੀ ਪਹਿਲਾ ਰੇਟ ਮਿਲਦਾ ਹੈ। ਇਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੋਣਗੇ, ਇਹਦੇ ਵਿੱਚ ਭਰਾਈ ਵੀ ਹੋਏਗੀ, ਜਿਹੜੀ ਭਰਾਈ ਹੈ ਉਹ ਵੀ 5.5 ਰੁਪਈਏ 'ਚ ਹੋਏਗੀ, ਜਿਹੜਾ ਠੇਕੇਦਾਰ ਹੈ ਉਹ ਰਸਤਾ ਬਣਾ ਕੇ ਦੇਵੇਗਾ,
ਗੱਡੀ ਕੋਈ ਫਸ ਗਈ ਉਹਨੂੰ ਕੱਢੇਗਾ, ਸਾਰਾ ਕੰਮ ਉਹਦਾ ਹੋਏਗਾ, ਸਿਸਟਮ ਉਹ ਚਲਾਏਗਾ, ਕੰਡਾ ਉਹ ਲਗਾਏਗਾ, ਭਰਤੀ ਉਹ ਕਰੇਗਾ, ਇਹ ਸਾਰਾ ਕੁਛ ਵਿੱਚੇ ਜ਼ਮੀਨ ਦੇ ਪੈਸੇ, ਵਿੱਚੇ ਭਰਾਈ, ਵਿੱਚੇ ਸਦਾਈ, ਸਾਰਾ ਕੁਛ 5.5 ਰੁਪਏ 'ਚ, ਜਿਹੜਾ 9 ਰੁਪਏ 'ਚ ਪਹਿਲਾਂ ਮਿਲਦਾ ਸੀ, ਸਰਕਾਰੀ ਰੇਟ 9 ਸੀ, ਪਰ 16 ਤੋਂ 22 ਰੁਪਏ ਤੱਕ ਪਹਿਲਾਂ ਵਿਕਦਾ ਰਿਹਾ। ਪਹਿਲਾਂ ਮੈਂ ਐਕਸਪੈਰੀਮੈਂਟ ਕੀਤਾ ਕਿ ਕਿਆ ਜੇ ਮੈਂ ਮੁੱਖ ਮੰਤਰੀ ਬਣ ਗਿਆ, ਸਾਡੀ ਸਰਕਾਰ ਨਵੀਂ ਆ ਗਈ, ਕਾਂਗਰਸ ਦੀ ਸਰਕਾਰ ਆਈ ਦੀਵਾਰ ਦੇ ਤੋਂ, ਕਿਆ ਮੈਂ ਇਹ ਕਰ ਸਕਦਾ ਕਿ 9 ਰੁਪਏ ਪਰ ਵਿਕੇ? ਇਹ ਮੈਂ ਟੈਸਟ ਕੀਤਾ। ਉਹਦੇ ਵਾਸਤੇ ਸਾਰੇ SSB DC ਨੂੰ ਬੁਲਾ ਕੇ ਮੀਟਿੰਗ ਕਰਕੇ ਕਿਹਾ ਕਿ ਜਾਂ ਮੈਂ ਨਹੀਂ ਹੈ ਜਾਂ 9 ਰੁਪਏ ਰੇਤਾ ਨਹੀਂ। ਅੱਜ ਕੋਈ ਪੰਜਾਬ ਦਾ ਬੰਦਾ ਹੱਥ ਖੜਾ ਕਰਕੇ ਕਹਿੰਦੇ ਕਿ ਦਰਿਆ 'ਤੇ 9 ਰੁਪਏ ਨਹੀਂ ਵਿਕਦਾ ਤਾਂ ਮੈਂ ਜ਼ਿੰਮੇਵਾਰ, ਲੇਕਿਨ ਕੱਲ੍ਹ ਤੋਂ 5.5 ਰੁਪਏ ਵਿਕੇਗਾ। ਪਹਿਲਾਂ 5-7 ਹਜ਼ਾਰ ਰੁਪਏ ਟਰੱਕ ਸਸਤਾ ਹੋ ਚੁੱਕਿਆ, ਕੱਲ੍ਹ ਨੂੰ ਤੁਸੀਂ ਦੇਖਿਓ ਕਿੱਥੇ ਜਾਣਾ ਹੈ। ਲੇਕਿਨ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਕਈਆਂ ਨੂੰ ਕਨਸੈਪਟ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਪਿੰਡਾਂ ਦੇ ਵਿੱਚ, ਇਹ ਦਰਿਆ ਦੇ ਉੱਪਰ ਦਾ ਰੇਟ ਹੈ। ਉਸ ਤੋਂ ਬਾਅਦ ਟਰਾਂਸਪੋਰਟ ਹੈ ਜਿਹੜੀ, ਉਹਨਾਂ ਨਾਲ ਵੀ ਅਸੀਂ ਗੱਲ ਕਰ ਰਹੇ ਕਿ ਮਿਨੀਮਮ ਟਰਾਂਸਪੋਰਟ ਲੱਗੇ ਤਾਂ ਕਿ ਜਿਹਨੇ ਘਰ ਬਣਾਉਣਾ ਉਹਨੂੰ ਰੇਤਾ ਘੱਟ ਤੋਂ ਘੱਟ ਰੇਟ 'ਤੇ ਮਿਲੇ। ਲੇਕਿਨ ਇਹ ਕਿਉਂਕਿ ਠੇਕਾ 31 ਮਾਰਚ ਤੱਕ ਦਿੱਤਾ ਹੋਇਆ ਪਹਿਲਾਂ ਤੋਂ, ਇਹ ਪੋਲਿਸੀ ਸਾਨੂੰ ਬਹੁਤੀ ਪਸੰਦ ਨਹੀਂ ਆ ਰਹੀ, ਪਰ ਸਾਨੂੰ ਕੋਰਟਾਂ ਕਚਹਿਰੀਆਂ ਤੋਂ ਬਚਣ ਲਈ ਫਿਲਹਾਲ ਅਸੀਂ ਇਹਨੂੰ ਬਹੁਤ ਘੱਟ ਕਰਕੇ ਲਿਆਏ ਹਾਂ। ਅਲਟੀਮੇਟਲੀ ਅਸੀਂ ਆਪਣਾ ਜਦ ਅਗਲਾ ਵਿਜ਼ਨ ਦੇਵਾਂਗੇ ਉਹਦੇ 'ਚ ਅਸੀਂ ਦੱਸਾਂਗੇ ਅਸੀਂ ਕਿਸ ਤਰ੍ਹਾਂ, ਉਹਦੇ ਸਾਡੀ ਪਾਰਟੀ ਡਿਸਾਈਡ ਕਰੇਗੀ ਕਿਸ ਤਰ੍ਹਾਂ ਅਸੀਂ ਅੱਗੇ ਨੂੰ ਰੇਤਾ ਵੇਚਣਾ ਅਤੇ ਕਿਸ ਤਰ੍ਹਾਂ ਕਰਨਾ। ਲੇਕਿਨ ਅੱਜ ਬਹੁਤ ਸਸਤਾ ਰੇਟ ਹੈ ਸੀ, ਜਿਹਦੇ 'ਚ ਭਰਾਈ ਵੀ ਹੈ, ਜਿਹਦੇ ਜ਼ਿਮੀਂਦਾਰ ਦੇ ਪੈਸੇ ਵੀ ਹੈ, ਜਿਹਦੇ ਸਦਾਈ ਵੀ ਹੈ, ਦਰਿਆ 'ਚੋਂ ਬਾਹਰ ਵੀ ਕੱਢਣਾ, ਉਹ ਅਸੀਂ ਰੇਟ 5.5 ਰੁਪਏ ਕਰਤਾ, ਜਿਹੜਾ ਕਿ 4 ਗੁਣਾ ਘੱਟ ਹੋਇਆ ਹੈ ਸਾਡੀ ਉਹ ਪਿਛਲੀ ਸਰਕਾਰ ਅਤੇ ਪਿਛਲੀ ਬਾਦਲਾਂ ਦੀ ਸਰਕਾਰਾਂ ਨਾਲੋਂ, ਤਾਂ ਸ਼ਾਇਦ 6 ਗੁਣਾ ਘੱਟ ਹੋ ਗਏ। ਸੋ ਇੱਕ ਵੱਡੀ ਰਾਹਤ ਦਿੱਤੀ। ਨਾਲ ਅੱਗੇ ਕਿਹਾ ਹੈ ਕਿ ਜ਼ਿਮੀਂਦਾਰ ਆਪਣੇ ਖੇਤ 'ਚੋਂ ਟਰਾਲੀ ਵੀ ਪਟਾਉਂਦਾ ਹੈ, ਇੱਕ ਰੇਤ ਮਿੱਟੀ ਦੀ, ਜਾ ਕੇ ਜੀਪਾਂ ਲੈ ਕੇ ਖੜ੍ਹ ਜਾਂਦੇ ਕਿ ਜੀ ਲਿਆਓ ਰਿਓਲਟੀ, ਕਿਸੇ ਨੇ ਭਰਤ ਪਾਉਣਾ ਹੈ ਉਸ ਨੂੰ ਤੰਗ ਕਰਦੇ ਹੈ। ਅਸੀਂ ਇਹ ਕਰਤਾ ਹੈ ਕਿ ਮਿੱਟੀ ਕੋਈ ਜ਼ਿਮੀਂਦਾਰ ਆਪਣੇ ਖੇਤ 'ਚੋਂ ਪਟਾਉਂਦਾ ਹੈ। ਦੇਖੋ ਮੈਂ ਪਿੰਡਾਂ ਦੇ ਵਿੱਚ ਜਾਂਦਾ ਰਹਿੰਦਾ, ਪਿੰਡਾਂ 'ਚ ਕਿਹਾ ਕਿਸੇ ਨੇ ਵਿਆਹ ਕਰਨਾ ਹੈ ਤਾਂ ਤੰਗੀ ਹੁੰਦੀ ਹੈ, ਅਗਲਾ 2 ਫੁੱਟ ਮਿੱਟੀ 'ਚ ਕਰ ਦਿੰਦਾ, ਸਾਡੀ ਰੋਇਲਟੀ ਵਾਲੇ ਦੇ ਪੈਸੇ ਲੈ ਲੈਂਦੇ ਜਾ ਕੇ। ਹੁਣ ਅਸੀਂ ਬਿਲਕੁਲ ਕਲੀਅਰ ਕਰਤਾ ਹੈ ਕਿ ਕੋਈ ਜ਼ਿਮੀਂਦਾਰ ਆਪਣੀ 3 ਫੁੱਟ ਤੱਕ ਮਿੱਟੀ ਚੁਕਾਵੇ, ਕੋਈ ਪੈਸਾ ਨਹੀਂ ਲੈਣਾ ਕਿਸੇ ਨੇ, ਨਾ ਹੀ ਜਾਣਾ ਹੈ, ਨਾ ਕੋਈ ਮਨਜ਼ੂਰੀ ਦੀ ਲੋੜ ਹੈ। ਅਤੇ ਨਾਲ ਦੀ ਨਾਲ ਇੱਟਾਂ ਬੜੀਆਂ ਮਹਿੰਗੀਆਂ ਹੋ ਰਹੀਆਂ, ਉਹਦਾ ਇੱਕ ਬੜਾ ਕਾਰਨ ਇਹ ਹੈ ਕਿ ਉਹ ਮਾਈਨਿੰਗ ਪੋਲਿਸੀ ਲੱਗ ਜਾਂਦੀ ਉਹਦੇ 'ਤੇ, ਜਦੋਂ ਭੱਠੇ ਵਾਲਾ ਮਿੱਟੀ ਚੱਕਦਾ, ਜ਼ਿਮੀਂਦਾਰ ਤੋਂ ਭੱਠੇ ਵਾਲਾ ਮਿੱਟੀ ਲੈਂਦਾ, ਜ਼ਿਮੀਂਦਾਰ ਨੂੰ 4 ਪੈਸੇ ਆ ਜਾਂਦੇ 1 ਫੁੱਟ ਦੇ, ਲੇਕਿਨ ਅੱਧੇ ਪੈਸੇ ਮਾਈਨਿੰਗ ਵਾਲੇ ਲੈ ਜਾਂਦੇ। ਅੱਜ ਅਸੀਂ ਇਹ ਫੈਸਲਾ ਕਰ ਲਿਆ ਕਿ ਭੱਠਿਆਂ ਨੂੰ ਮਾਈਨਿੰਗ ਪੋਲਿਸੀ ਤੋਂ ਬਾਹਰ ਕਰ ਦੇਣਾ, ਜਿਹਦੇ ਨਾਲ ਭੱਠਾ ਵਾਲਾ ਜ਼ਿਮੀਂਦਾਰ ਨਾਲ ਸਿੱਧਾ ਕੰਟਰੈਕਟ ਕਰਕੇ ਉਦੋਂ ਮਿੱਟੀ ਲੈ ਲਵੇ, ਵਿੱਚ ਠੇਕੇਦਾਰੀ ਸਿਸਟਮ ਜਾਂ ਮਾਫੀਆ ਜਾਂ ਮਾਈਨਿੰਗ ਕੁਛ ਨਹੀਂ, ਫ੍ਰੀ ਹੋ ਗਿਆ ਇਹ ਕੰਮ ਪੰਜਾਬ 'ਚ ਅੱਜ ਤੋਂ ਬਾਅਦ। ਵੈਸੇ ਤਾਂ ਅਸੀਂ ਕਾਫੀ ਦਿਨਾਂ ਤੋਂ ਕਰ ਚੁੱਕੇ ਹਾਂ, ਲੇਕਿਨ ਅੱਜ ਤੋਂ ਬਾਅਦ ਤਾਂ ਜੇ ਕੋਈ ਮਿੱਟੀ ਵਾਲਾ ਭਰਤ ਪਾਉਣ ਜ਼ਿਮੀਂਦਾਰ ਮਿੱਟੀ ਚੁਕਾਉਂਦਾ ਕੋਈ ਤੰਗ ਕਰੇਗਾ ਤਾਂ ਮੈਂ ਜ਼ਿੰਮੇਵਾਰ ਹਾਂ, ਮੇਰਾ ਗਲਾ ਕੱਟਿਓ। ਜੇ 5.5 ਰੁਪਏ ਤੋਂ 1 ਪੈਸਾ ਵੀ ਰੇਤਾ ਵੱਧ ਵਿਕੇ
ਤਾਂ ਮੈਂ ਜ਼ਿੰਮੇਵਾਰ ਹਾਂ। ਪਹਿਲਾਂ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਇਹ 9 ਰੁਪਈਏ ਵੀ ਨਹੀਂ ਤੁਸੀਂ ਕਰ ਸਕਦੇ, ਇਹਦੇ ਤਾਂ ਬਹੁਤ ਬੰਦੇ ਇਨਵੋਲਵ ਹੈ, ਇਹਦੇ 'ਚ ਪੁਲਿਸ ਇਨਵੋਲਵ ਹੈ, ਇਹਦੇ 'ਚ ਫਲਾਣਾ ਇਨਵੋਲਵ ਹੈ, ਇਹਦੇ 'ਚ ਟਿਵਕਾ, 9 ਰੁਪਈਏ ਵਿਕ ਰਿਹਾ। ਇੰਪਲੀਮੈਂਟੇਸ਼ਨ ਜਿਹੜਾ ਲੀਡਰ, ਜਿਹੜੀ ਸਰਕਾਰ, ਜਿਹੜੀ ਪਾਰਟੀ ਰਾਜ ਨੂੰ ਚਲਾ ਰਹੀ ਹੈ ਉਹਦੀ ਵਿਲ ਤੇ ਹੈ। ਇਹ ਮੈਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਕਿਹਾ ਸੀ, ਜੇ ਸਾਡੀ ਕੈਬਨਿਟ, ਸਾਡਾ ਪਾਰਟੀ, ਸਾਡਾ ਮੁੱਖ ਮੰਤਰੀ ਚਾਹੁੰਦਾ ਕਿ ਜੀ ਇੰਪਲੀਮੈਂਟੇਸ਼ਨ ਕਾਨੂੰਨ ਦੀ ਹੋਵੇ ਤਾਂ ਹੁੰਦੀ ਹੈ। ਚੰਡੀਗੜ੍ਹ ਦੇ ਵਿੱਚ ਵੜਦੇ ਸਾਰੇ ਜੀ ਦੇਖਣ ਲੱਗ ਜਾਂਦੇ ਬੈਲਟ ਕਿੱਥੇ ਹੈ, ਇੰਪਲੀਮੈਂਟੇਸ਼ਨ ਹੈ ਚੰਡੀਗੜ੍ਹ 'ਚ ਕਾਨੂੰਨ ਦੀ। ਪੰਜਾਬ ਦੇ ਵਿੱਚ ਜੇ ਰੇਤਾ ਵੱਧ ਵਿਕਦਾ ਹੈ ਤਾਂ ਇੰਪਲੀਮੈਂਟੇਸ਼ਨ ਨਹੀਂ ਸੀ, ਵੰਡ ਕੇ ਖਾ ਰਹੇ ਸੀ ਉੱਪਰਲਾ ਪੈਸਾ। ਐਸੀ ਬਿਲਕੁਲ ਸਿੱਧਾ ਕਰਤਾ ਕੰਮ, ਕਿਸੇ ਦਰਿਆ ਪਰ ਚਲੇ ਜਾਓ, ਹੁਣ ਜੇ ਕਿਤੇ ਟਰਾਲੀਆਂ ਭਰ ਹੋ ਰਹੀਆਂ, ਕਿਤੇ ਮਿੱਟੀ ਚੱਕ ਹੋ ਰਹੀ ਹੈ ਤਾਂ ਉਹ ਮਾਫੀਆ ਨਹੀਂ ਹੈ। 5.5 ਰੁਪਈਏ 'ਚ ਵਿਕੇਗਾ ਔਰ ਸਹੀ ਰੇਟ ਦੇ ਵਿੱਚ ਵਿਕੇਗਾ। ਅਸੀਂ ਇਹ ਕਰਾਂਗੇ ਕਿ ਜਿੱਥੇ ਪਾਣੀ ਨਹੀਂ ਆਉਂਦਾ ਉੱਥੇ ਰੇਤਾ ਨਹੀਂ ਚੱਕਣਾ, ਕਿਉਂਕਿ ਉੱਥੇ ਫਿਰ ਖਦਾਨੇ ਬਣਨੇ, ਪਾਣੀ ਨੇ ਉਹਨੂੰ ਰੀਚਾਰਜ ਤਾਂ ਕਰਨਾ ਨਹੀਂ ਰੇਤੇ ਨੂੰ। ਇਸ ਕਰਕੇ ਜਿੱਥੇ ਜਿੱਥੇ ਪਾਣੀ ਆਉਂਦਾ, ਦਰਿਆਵਾਂ ਦੇ ਆਲਰੇਡੀ ਖੱਡਾਂ ਤੈਅ ਹੈ, ਹੋਰ ਵੀ ਕਰਾਂਗੇ, ਲੇਕਿਨ ਸਸਤਾ ਔਰ ਸਹੀ ਰੇਟ 'ਤੇ ਰੇਤਾ ਪਿੰਡਾਂ 'ਚ ਮਿਲੇਗਾ। ਮਿੱਟੀ ਦਾ ਕੋਈ ਮਾਫੀਆ ਨਹੀਂ ਹੋਏਗਾ, ਭੱਠੇ ਵਾਲਿਆਂ ਨੂੰ ਕੋਈ ਤੰਗ ਨਹੀਂ ਕਰੇਗਾ। ਇਸ ਤੋਂ ਇਲਾਵਾ ਇੱਕ ਫੈਸਲਾ ਅਸੀਂ ਹੋਰ ਅਹਿਮ ਲਿਆ ਕਿ ਜਿਹੜੇ ਪੰਜਾਬ ਦੇ ਇੰਸਟੀਚਿਊਸ਼ਨਲ ਟੈਕਸ ਪੰਜਾਬ 'ਤੇ ਲੱਗਿਆ ਹੋਇਆ ਸੀ, ਪੰਜਾਬ ਇੰਸਟੀਚਿਊਸ਼ਨਲ ਐਂਡ ਅਦਰ ਬਿਲਡਿੰਗ ਟੈਕਸ 2011 ਤੋਂ ਸੀ। ਉਸ ਦਿਨ ਮੈਨੂੰ, ਜਿਸ ਦਿਨ ਅਸੀਂ ਗਏ ਹੈ ਲੁਧਿਆਣੇ, ਉਸ ਦਿਨ ਅਸੀਂ ਅਨਾਊਂਸ ਕੀਤਾ ਸੀ, ਅੱਜ ਕੈਬਨਿਟ ਨੇ ਪਾਸ ਕਰ ਦਿੱਤਾ, 2012 ਤੋਂ ਜਿੰਨਾ ਟੈਕਸ ਬਣਦਾ ਸੀ ਅਸੀਂ ਉਹ ਮਾਫ਼ ਕਰ ਦਿੱਤਾ, ਅੱਗੇ ਨੂੰ ਵੀ ਇਹ ਟੈਕਸ ਹੈ ਜਿਹੜਾ ਪੰਜਾਬ 'ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਅਸੀਂ ਵਨ ਟਾਈਮ ਸੈਟਲਮੈਂਟ, ਜਿਹੜੀ ਕੰਪਾਊਂਡੇਬਲ ਬਿਲਡਿੰਗਸ ਹੈਗੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਵੱਡੀ ਰਾਹਤ ਦੇ ਰਹੇ ਹੈ ਕਿ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਉਹਦੇ ਉੱਪਰ ਕਿਸੇ ਨੇ ਚਵਾਰਾ ਪਾ ਲਿਆ, ਕਿਸੇ ਨੇ ਹਾਈਟ ਜ਼ਿਆਦਾ ਵਧਾ ਲਈ ਜਾਂ ਕਿਸੇ ਨੇ ਬਾਹਰ ਨੂੰ ਥੋੜ੍ਹਾ ਬਹੁਤਾ ਕੱਢ ਲਿਆ, ਜਿਹੜਾ ਕੁਛ ਕੰਪਾਊਂਡੇਬਲ ਹੈ ਉਹਨਾਂ ਨੂੰ ਅਸੀਂ ਰੇਟ ਵੀ ਘਟਾ ਦਿੱਤੇ ਆ 25%, ਉਹਨਾਂ ਨੂੰ ਦੁਬਾਰੇ ਲੀਗਲੇਲਾਈਜ਼ ਕਰਨ ਦਾ ਇੱਕ ਵਨ ਟਾਈਮ ਪੋਲਿਸੀ ਲੈ ਕੇ ਆਏ ਹੈ ਜਿਹੜੀ ਕਿ ਕੱਲ੍ਹ ਤੋਂ ਚਾਲੂ ਹੋ ਜਾਏਗੀ। ਇਸ ਦੇ ਨਾਲ ਇਹ ਸਾਡੇ ਅੱਜ ਦੇ ਐਲਾਨ ਹੈ ਜਿਹੜੇ ਕਿ ਅਸੀਂ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ, ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ, ਗਵਰਨਰ ਸਾਹਿਬ ਕੋਲ ਭੇਜਾਂਗੇ। ਜਦੋਂ ਅੱਜ ਹੀ ਸ਼ਾਇਦ ਪਾਸ ਹੋ ਜਾਏਗਾ, ਕੱਲ੍ਹ ਨੂੰ ਅਸੀਂ ਨਵਾਂ ਐਡਵੋਕੇਟ ਜਨਰਲ ਲਗਾਵਾਂਗੇ। ਇਸ ਤੋਂ ਇਲਾਵਾ DGP ਦੀ ਜਿਹੜੀ ਪੋਸਟਿੰਗ ਹੈ, ਜਿੰਨੇ 30 ਸਾਲ ਤੋਂ ਉੱਪਰ ਦੇ ਹੈ, ਇਹ ਕਾਨੂੰਨ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ, ਸਾਰਿਆਂ ਦੇ ਨਾਮ, ਸਾਤੋਂ ਸਾਰਿਆਂ ਦੇ ਨਾਮ ਮੰਗੇ ਗਏ ਹੈ, ਉਹਨਾਂ ਵਿੱਚੋਂ ਇੱਕ ਪੈਨਲ ਬਣਾ ਕੇ ਕੇਂਦਰ ਸਰਕਾਰ ਭੇਜੇਗੀ। ਉਹ ਪੈਨਲ ਵਿੱਚੋਂ ਅਸੀਂ DGP ਨਵਾਂ ਲਗਾਵਾਂਗੇ ਜਿਹੜਾ ਪੈਨਲ ਆਏਗਾ। ਇਹ ਪਹਿਲਾਂ ਤੋਂ ਇੱਕ ਪ੍ਰਿੰਸੀਪਲ ਹੀ ਕਲੀਅਰ ਹੋਇਆ ਹੋਇਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਆਏ ਹੋ। ਪੰਜਾਬ ਦੇ ਵੱਡੇ ਐਲਾਨ ਹੋਏ ਹੈ, ਪਰਸੋਂ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ, ਉਹਦੇ ਵਿੱਚ ਅਸੀਂ ਬਿਜਲੀ ਸਮਝੌਤਿਆਂ ਬਾਰੇ ਬਿੱਲ ਲੈ ਕੇ ਆਵਾਂਗੇ, ਕਿਸਾਨਾਂ ਬਾਰੇ 'ਚ, ਜਿਹੜੇ ਕਾਲੇ ਕਾਨੂੰਨ ਬੜੇ ਹੈ
ਉਹਦੇ ਬਾਰੇ ਵਿੱਚ ਰੈਗੂਲੇਸ਼ਨ ਤੇ ਕੁਝ ਬਿੱਲ ਆਉਣਗੇ। ਇਸ ਦੇ ਨਾਲ ਹੀ ਜਿਹੜਾ 50 ਕਿਲੋਮੀਟਰ ਅੰਦਰ BSF ਆਉਣ ਦਾ ਫੈਸਲਾ ਹੈ, ਉਹਦੇ ਬਾਰੇ ਵਿੱਚ ਵੀ ਅਸੀਂ ਇਹ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਰੱਖਾਂਗੇ ਤੇ ਇਹਨੂੰ ਇਹਦੇ ਬਾਰੇ ਰੈਗੂਲੇਸ਼ਨ ਲੈ ਕੇ ਆਵਾਂਗੇ। ਸੋ ਮੈਂ ਧੰਨਵਾਦੀ ਹਾਂ ਆਪਣੇ ਮੰਤਰੀ ਸਾਹਿਬਾਨ ਦਾ, ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਵਿਚਕਾਰ ਆਏ ਹੈ, ਉਹਨਾਂ ਦਾ ਵੀ ਮੈਂ ਸਵਾਗਤ ਵੀ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ। ਤੇ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ। ਪਿਆਰੇ ਦੋਸਤੋ, ਮੁੱਖ ਮੰਤਰੀ ਸਾਹਿਬ, ਮੇਰੇ ਬਹੁਤ ਰਿਸਪੈਕਟਿਡ ਕਲੀਗਸ, ਮੈਂ ਵਧਾਈ ਦਿੰਦਾ CM ਸਾਹਿਬ ਨੂੰ ਕਿ ਮੇਰੀ ਮਨ ਦੀ ਬਹੁਤ ਵੱਡੀ ਤਾਂਘ ਸੀ ਇਹ ਕਿ ਰੇਤੇ ਦੇ ਰੇਟ ਫਿਕਸ ਹੋਣ। ਮੈਂ ਪਹਿਲੇ ਦਿਨ ਤੋਂ ਕਹਿੰਦਾ ਜਿਸ ਦਿਨ ਰੇਤੇ ਦੇ ਰੇਟ ਫਿਕਸ ਹੋਣਗੇ ਮਾਫੀਆ ਉਸੇ ਦਿਨ ਮਰ ਜਾਏ। ਅਗਰ ਤੁਸੀਂ ਸ਼ਰਾਬ ਵੀ ਵੇਚਦੇ ਹੋ ਬੋਤਲ ਦੇ ਉੱਤੇ ਰੇਟ ਹੁੰਦਾ, ਰੇਟ ਜਦੋਂ ਫਿਕਸ ਨਹੀਂ ਹੁੰਦਾ, ਸਪਲਾਈ ਤਾਂ 170 ਸਾਲ ਦੀ ਪਈ ਹੈ ਪੰਜਾਬ 'ਚ, ਸਪਲਾਈ ਰੋਕ ਦਿੱਤੀ ਜਾਂਦੀ ਹੈ। ਔਰ ਜਿਹੜੀ ਟਰਾਲੀ ਮੈਂ ਰਿਕਮੈਂਡ ਕਰਦਾ ਸੀਗਾ 1000 ਰੁਪਈਏ ਨੂੰ, ਕਿਉਂਕਿ ਟਰਾਲੀ ਦਾ ਰੇਟ ਫਿਕਸ ਹੋਣਾ ਚਾਹੀਦਾ, 1200, 1000, 1300, ਉਹ 5000 ਦੀ ਵੀ ਵਿਕੀ ਹੈ, ਉਹ 10000 ਦੀ ਵੀ ਵਿਕੀ ਹੈ। ਔਰ ਇਹ ਸਟੇਟ ਦਾ ਰਿਸੋਰਸ ਹੈ, ਜਿਹੜੀਆਂ ਅਮੈਨਿਟੀਜ਼ ਅੱਜ CM ਸਾਹਿਬ ਦੇ ਰਹੇ ਨੇ ਇਹ ਵਧਾਈ ਦੇ ਪਾਤਰ ਨੇ, ਪਰ ਇਹਨਾਂ ਅਮੈਨਿਟੀਜ਼ ਨੂੰ ਸਸਟੇਨ ਕਰਨ ਦੇ ਲਈ ਸਟੇਟ ਦੇ ਖਜ਼ਾਨੇ 'ਚ ਬਲ ਚਾਹੀਦਾ। ਇਹ ਤਾਂ ਹੀ ਸਸਟੇਨ ਹੋਣਗੀਆਂ, ਔਰ ਉਹ ਸਸਟੇਨ ਕਰਨ ਦੇ ਲਈ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿੰਦਾ ਕਿ ਐਜੂਕੇਸ਼ਨ ਦੇ ਜਿੰਨੇ ਧਰਨੇ ਲੱਗ ਰਹੇ ਆ, ਅਗਰ ਸਰਪਲਸ 2000 ਕਰੋੜ ਰੁਪਈਆ, 1500 ਕਰੋੜ ਵੀ ਹੋਵੇ, ਇੱਕ ਧਰਨਾ ਨਹੀਂ ਲੱਗੂ, ਜਾਓ ਪੁੱਛ ਲਓ। ਇਸ ਕਰਕੇ ਇਹ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ, ਇਹਦੇ ਲਈ ਚਾਹੇ ਸ਼ਰਾਬ ਦੀ ਪਾਲਿਸੀ ਹੋਵੇ, ਚਾਹੇ ਰੇਤੇ ਦੀ ਪਾਲਿਸੀ ਹੋਵੇ, ਇਹ ਬਹੁਤ ਜ਼ਰੂਰੀ ਹੈ। ਔਰ ਅੱਜ CM ਨੇ ਪਹਿਲੀ ਪੌੜੀ ਚੜ੍ਹੀ, ਇੱਕ ਐਸਾ ਇਤਿਹਾਸ ਰਚਿਆ ਕਿ ਪਹਿਲੀ ਵਾਰ ਅੱਜ ਇਹ ਹੋਇਆ ਕਿ ਜੀ ਰੇਤੇ ਦਾ ਰੇਟ ਫਿਕਸ ਹੋਊਗਾ। ਹਾਲਾਂਕਿ ਮੈਂ ਇਹਨੂੰ ਬਹੁਤ ਅੱਗੇ ਲਿਜਾਣਾ ਚਾਹੁੰਦਾ, ਸਟੋਕਯਾਰਡ ਬਣਾਉਣਾ ਚਾਹੁੰਦਾ। ਔਰ ਇੱਕ ਗੱਲ ਸਾਰੀ ਦੁਨੀਆ ਸਮਝੇ, ਮੈਂ ਡੰਕੇ ਦੀ ਚੋਟ ਤੇ ਕਹਿੰਦਾ, ਮੇਰਾ ਬਹੁਤ ਅਧਿਐਨ ਹੈ ਇਹਦੇ ਉੱਤੇ, ਕਿਉਂਕਿ ਮੈਂ ਜਾਣਦਾ ਕਿ ਪੰਜਾਬ ਦੀ ਸਰਵਾਈਵਲ ਇਹਦੇ ਨਾਲ ਜੁੜੀ ਹੋਈ ਹੈ। ਉਹ ਕੀ ਹੈ ਕਿ ਦੇਰ ਇਜ਼ ਨਥਿੰਗ ਕਾਲਡ ਦ ਸੈਨ ਮਾਫੀਆ, ਇਟ ਇਜ਼ ਦ ਟਰਾਂਸਪੋਰਟ ਮਾਫੀਆ। ਰੇਤਾ ਬੁੱਕਲ 'ਚ ਨਹੀਂ ਕੋਈ ਲਿਜਾ ਸਕਦਾ, ਰੇਤਾ ਟਰੱਕਾਂ 'ਚ ਜਾਂਦਾ, ਔਰ ਅਗਰ ਸਟੋਕਯਾਰਡ 'ਚੋਂ ਸਰਕਾਰੀ ਟਰੱਕਾਂ ਦੇ ਵਿੱਚ ਜਾਏਗਾ ਤੇ ਉਹ ਸਰਕਾਰੀ ਟਰੱਕ ਦਾ ਰੰਗ ਹੋਏਗਾ, ਇਹ ਨਹੀਂ ਆ ਵੀ ਛੋਟੀ ਜਿਹੀ ਸੜਕ ਦੇ ਉੱਤੇ ਜਿਹੜਾ ਮਰਜ਼ੀ ਟਿੱਪਰ ਦੜਾਤਾ, ਤੇ ਫਿਰ ਉਹਦੀ ਚੈਕਿੰਗ ਹੋ ਸਕਦੀ ਹੈ। ਰੇਟ, ਵੇਟ ਤੇ ਡੇਟ, 2015 ਦੇ ਵਿੱਚ ਨੋਟੀਫਿਕੇਸ਼ਨ ਹੋਈ ਅਕਾਲੀ ਸਰਕਾਰ 'ਚ ਕਿ ਜਿਹੜੇ ਟਰੱਕ ਤੇ ਡੇਟ, ਰੇਟ ਔਰ ਵੇਟ ਨਹੀਂ ਹੈ ਉਹਨੂੰ ਇੰਪਾਊਂਡ ਕੀਤਾ ਜਾਏ। 7 ਸਾਲਾਂ 'ਚ ਦੱਸੋ ਕਿੰਨੇ ਟਰੱਕ ਇੰਪਾਊਂਡ ਹੋਏ ਆ, ਦੱਸੋ, ਇੱਕ ਹੋਇਆ ਹੋਵੇ ਤਾਂ ਦੱਸੇ।
ਬਾਹਰੋਂ ਟਰੱਕ ਆਉਂਦਾ, ਪਠਾਨਕੋਟ ਤੋਂ ਟਰੱਕ ਆਉਂਦਾ, ਗੁੰਡਾ ਟੈਕਸ ਲਿੱਤਾ ਜਾਂਦਾ ਉਹਨਾਂ ਤੋਂ 5,000, ਕਿਸੇ ਤੋਂ 7,000, ਅਗਲਾ 25,000-26,000 ਦਾ ਟਰੱਕ ਲੈ ਕੇ ਆਉਂਦਾ ਬਾਹਰੋਂ, ਤੇ ਇੱਥੇ 15,000 ਦਾ ਵੇਚਦਾ, ਠੀਕ ਹੈ, ਉਹ ਫਿਰ ਪ੍ਰੋਫਿਟ ਚਾਹੁੰਦਾ, ਤੇ ਕਿਉਂ ਨਾ ਉਹ 7,000 GST ਦੇ ਰੂਪ ਦੇ ਵਿੱਚ ਅਸੀਂ ਐਕਸੈਪਟ ਕਰੀਏ ਬਈ, ਤੇ 300 ਕਰੋੜ ਰੁਪਇਆ ਸਾਲ ਕਿਉਂ ਨਾ ਲਵਾਈਏ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਰੇਤੇ ਦੀ ਗੱਲ ਕਰ ਰਿਹਾ, ਜਿੱਦਣ ਰੇਤੇ ਦੇ ਰੇਟ ਫਿਕਸ ਹੋ ਗਏ 170 ਸਾਲ ਦਾ, ਤੁਹਾਨੂੰ ਮੈਂ ਉਦਾਹਰਣ ਦੇ ਰਿਹਾ, ਚੈੱਕ ਕਰੋ, ਅਕਾਲੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਲਗਾਤਾਰ 10 ਸਾਲ ਚੋਰੀ ਦੀ ਇੰਤਹਾ ਦੇਖੋ, ਲਗਾਤਾਰ 10 ਸਾਲ ਹਰ ਸਾਲ ਐਵਰੀ ਈਅਰ 40 ਕਰੋੜ ਰੁਪਈਆ ਜਮ੍ਹਾਂ ਕਰਾਇਆ ਇੱਕ ਸਾਲ ਦਾ, ਤੇ ਤੇਲੰਗਾਨਾ ਇੱਕ ਹਫ਼ਤੇ 'ਚ 47 ਕਰੋੜ ਰੁਪਈਆ ਕਮਾਉਂਦਾ ਇੱਕ ਦਰਿਆ ਤੋਂ, ਲਓ ਜਿੱਥੇ ਮਰਜ਼ੀ ਬਹਾਲ। ਇਹ ਕੀ ਹੈ? ਇਹ ਚੋਰੀ ਨਹੀਂ ਹੈ, ਇਹ ਚੋਰੀ ਤੋਂ ਬਹੁਤ ਅੱਗੇ ਵਾਲੀ ਚੀਜ਼ ਹੈ। 2400 ਕਰੋੜ ਰੁਪਈਆ ਤੇਲੰਗਾਨਾ ਨੇ 2014 ਚੋਂ ਉਹ ਅੱਡ ਹੁੰਦੇ ਨੇ ਆਂਧਰਾ ਪ੍ਰਦੇਸ਼ ਤੋਂ, ਤੇ ਪਹਿਲੇ 3-3.5 ਸਾਲਾਂ ਦੇ ਵਿੱਚ 2400 ਕਰੋੜ ਰੁਪਈਆ ਕਮਾਉਂਦੇ ਨੇ, ਤੇ ਅਕਾਲੀ ਸਰਕਾਰ 10 ਸਾਲਾਂ ਦੇ ਵਿੱਚ 400 ਕਰੋੜ ਰੁਪਈਆ ਜਮ੍ਹਾਂ ਕਰਾਉਂਦੀ ਹੈ। 4 ਦਰਿਆ, 1300 ਕਿਲੋਮੀਟਰ ਦਰਿਆ, ਤੇ 40 ਕਰੋੜ ਰੁਪਈਆ ਸਾਲ, ਤੇ ਤੇਲੰਗਾਨਾ 300 ਕਿਲੋਮੀਟਰ ਦਰਿਆ ਤੇ 47 ਕਰੋੜ ਰੁਪਈਆ ਹਫ਼ਤੇ ਦਾ, ਕੋਈ ਮੇਲ ਹੈ? ਇਹ ਸਟੇਟ ਦੇ ਰਿਸੋਰਸਿਸ ਨੇ ਸਾਹਿਬ, ਇਹ ਸਟੇਟ ਦੇ ਰਿਸੋਰਸਿਸ ਨੇ, ਇਹ ਜਦ ਤੱਕ ਖਜ਼ਾਨੇ 'ਚ ਨਹੀਂ ਆਉਣਗੇ। ਔਰ ਮੈਂ ਵਿਸ਼ਵਾਸ ਦਵਾਉਣਾ ਤੁਹਾਨੂੰ ਕਿ ਇਸੇ ਸਹਿਯੋਗ ਦੇ ਨਾਲ, ਇੱਕ ਇੱਕ ਪਾਲਿਸੀ ਨਾਲ ਬੈਠ ਕੇ ਆਪਣੇ ਕੁਲੀਗਸ ਦੇ ਸਹਿਯੋਗ ਦੇ ਨਾਲ 500 ਵਾਅਦੇ ਨਹੀਂ ਹੋਣੇ ਐਤਕੀ। ਇੱਕ ਰੋਡ ਮੈਪ ਹੋਏਗਾ, ਛੋਟਾ ਰੋਡ ਮੈਪ ਹੋਏਗਾ, ਔਰ ਵਾਅਦਿਆਂ ਨੂੰ ਕਟੇਲ ਕਰਕੇ ਉਨੇ ਹੀ ਰੱਖਾਂਗੇ ਜਿਹੜੇ ਵਿਸ਼ਵਾਸ ਦੇ ਪਾਤਰ ਹੋਣ। ਨਵਜੋਤ ਸਿੰਘ ਸਿੱਧੂ ਅਗਰ ਸੱਤਾ ਹੰਡਾਉਣੀ ਹੁੰਦੀ, ਕੁਰਸੀਆਂ ਹੀ ਹੰਡਾਉਣੀਆਂ ਹੁੰਦੀਆਂ, ਤੇ ਪੰਜਾਬ ਖਾਤਰ ਨਾ ਲੜਦਾ ਫਿਰ। ਜਿਹੜੀ ਮੇਰੀ ਲੜਾਈ ਹੈ ਉਹ ਕੋਈ ਨਿੱਜੀ ਲੜਾਈ ਨਹੀਂ, ਇਹ ਰੇਤੇ ਦੀ ਲੜਾਈ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ। ਅੱਜ ਮਾਹੌਲ ਬਦਲਿਆ, ਇੱਕ ਬਦਲਾਵ ਦੀ ਪਰਿਸਥਿਤੀ ਹੈ, ਲੇਕਿਨ ਇਹਨੂੰ ਪੱਕੇ ਪੈਰ ਅਗਰ ਸਸਟੇਨ ਕਰਨਾ ਅਸੀਂ 5 ਸਾਲ, ਤੇ ਇਹਨਾਂ ਰਿਸੋਰਸਿਸ ਨੂੰ ਸਾਨੂੰ ਯੂਟੀਲਾਈਜ਼ ਕਰਨਾ ਪਏਗਾ। ਔਰ ਆਉਣ ਵਾਲਾ ਸਮਾਂ ਸਾਡਾ ਚੋਖਾ ਹੀ ਚੋਖਾ। ਇਸ ਗੱਲ ਦੇ ਉੱਤੇ ਮੈਂ ਪਹਿਰਾ ਦਿੰਦਾ ਰਹੂੰਗਾ, ਔਰ ਮੇਰਾ ਪਾਰਟੀ ਵੱਲੋਂ ਇਹ ਜੋ ਇਹਨਾਂ ਨੇ ਕਿਹਾ, ਕੱਲ੍ਹ ਕੈਬਨਿਟ ਦੇ ਵਿੱਚ ਅਗਰ ਡਿਸੀਜਨ ਹੁੰਦੇ ਆ, ਮੇਰਾ ਪਾਰਟੀ ਵੱਲੋਂ 110% ਸਹਿਯੋਗ, ਨਾਲੇ ਚੀਫ ਮਿਨਿਸਟਰ ਨੂੰ, ਨਾਲੇ ਸਾਰਿਆਂ ਨੂੰ, ਇਹਦੇ 'ਚ ਕੋਈ ਸ਼ੱਕ। ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ ਹਾਂ, ਬੋਲੋ 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 ਬੋਲੋ, ਜੁਗ ਜੁਗ ਜੀਓ ਮੇਰੇ ਪਿਆਰੇ, ਬੋਲੋ। ਜੇ ਪ੍ਰੈਸ ਤੇ ਸਰਕਾਰ ਤੇ ਆਪੋਜੀਸ਼ਨ ਸਾਰੇ ਜਾਣੇ ਸੂਬੇ ਵਾਸਤੇ ਤਕੜੇ ਹੋ ਕੇ ਕੰਮ ਕਰੀਏ, ਤੁਸੀਂ ਚੌਥਾ ਪਿੱਲਰ ਹੋ, ਤੁਹਾਡੇ ਸਹਿਯੋਗ ਔਰ ਤੁਹਾਡੀਆਂ ਜਿਹੜੀਆਂ ਆਲੋਚਨਾਵਾਂ ਦੋਨੋਂ ਚਾਹੀਦੀਆਂ, ਕਿਉਂਕਿ ਤੁਸੀਂ ਆਲੋਚਨਾ ਨਹੀਂ ਕਰੋਗੇ ਮੈਨੂੰ ਸਮਝ ਨਹੀਂ ਆਏਗੀ ਕਿ ਮੈਂ ਕਿੱਥੇ ਗਲਤ ਹਾਂ। ਮੈਂ ਆਲੋਚਨਾ ਨੂੰ ਹਮੇਸ਼ਾ ਵੈਲਕਮ ਕਰਦਾ। ਇਹ ਠੀਕ ਹੈ ਕਿ ਸਾਡੇ ਕੰਮ ਦੇ ਵਿੱਚ ਆਲੋਚਨਾ ਹੈ, ਨਹੀਂ ਹੋ ਰਹੀ,
ਕਰਨਾ ਚਾਹੀਦਾ। ਪਾਰਟੀ ਪਾਰਟੀ ਸੁਪਰੀਮ ਹੈ, ਪਾਰਟੀ ਦੀਆਂ ਆਈਡੀਓਲੋਜੀ ਨੂੰ ਅਸੀਂ ਇੰਪਲੀਮੈਂਟ ਕਰਨਾ, ਐਂਡ ਵੀ ਆਰ ਹੀਅਰ ਟੂ ਇੰਪਲੀਮੈਂਟ ਦੇਅਰ ਆਈਡੀਓਲੋਜੀ। ਰੋਪੜ ਦੇ ਵਿੱਚ ਸਰ ਕਈ ਖੱਡਾਂ ਏਦਾਂ ਕੋਈ ਰੋਪੜ ਦੇ ਵਿੱਚ ਆ ਬਾਕੀ ਹੈ, ਜਿਹੜੀ ਲੀਗਲਾਈਜ਼ ਖੱਡ ਹੈ ਉਹ ਚੱਲਦੀ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨ ਹੈ ਜਾਂ ਸਾਡੇ ਸਪੋਕਰ ਜਿਹੜੇ ਸਾਡੇ ਕੋਈ ਲੀਡਰਸ ਨੇ ਉਹਨਾਂ ਦੀ ਸ਼ਹਿਰ ਨਾਲ ਚੱਲਦੀ ਹੈ। ਜਿਹੜੀ ਜਿਹੜੀ ਲੀਡਰ ਜਿਵੇਂ ਆਮ ਰੋਪੜ ਦੇ ਵਿੱਚ ਇੱਕ ਟੋਪ ਲੀਡਰ ਸਾਡੇ ਸੱਤਾਰੂੜ ਦੇ ਵਿੱਚ ਨਾਮ ਵੱਜਦਾ, ਉਹ ਸਰ ਕੀ ਜਿਹੜੀਆਂ ਲੀਗਲਾਈਜ਼ ਜਿਹੜੀਆਂ ਰੁਕੀਆਂ ਹੋਈਆਂ ਇਲੀਗਲ ਚੱਲਦੀਆਂ ਪਈਆਂ ਨੇ, ਉਹ ਉਹਦੇ ਵਾਸਤੇ ਕੋਈ ਮੈਕਨਿਜ਼ਮ ਕੋਈ? ਸਰ ਤੁਸੀਂ ਮੈਨੂੰ ਦੱਸੋ, 9 ਰੁਪਏ ਤੇ ਘੱਟ ਜੇ ਇੱਕ ਵੀ ਇਲੀਗਲ ਚੱਲਣ ਨਹੀਂ ਦੇਵਾਂਗਾ, ਨੰਬਰ ਇੱਕ। ਹੁਣ 5.5 ਤੋਂ 1 ਪੈਸਾ ਵੱਧ ਨਹੀਂ ਵਿਕਣ ਦੇਵਾਂਗਾ, ਜਾਂ ਪੈਸਾ ਸਰਕਾਰ ਨੂੰ ਆਏਗਾ ਜਾਂ ਲੋਕਾਂ ਨੂੰ ਜਾਏਗਾ, ਇਹਦੇ ਵਿੱਚ ਕਿਤੇ ਨਹੀਂ। ਤੁਸੀਂ ਇਹਨਾਂ ਨੇ ਹੁਣ ਟਰਾਲੀ ਦੀ ਗੱਲ ਕਰੀਏ, ਜਿਹੜਾ ਮੈਂ ਅੱਜ ਰੇਟ ਦਿੱਤਾ ਮੇਰੀ ਆਪਣੀ ਸਰਕਾਰ ਨੇ, ਸਾਡੀ ਪਾਰਟੀ ਦੀ ਸਰਕਾਰ ਨੇ 5.5 ਰੁਪਏ, ਉਹਦੇ ਨਾਲ 800 ਰੁਪਏ 'ਚ ਟਰਾਲੀ ਭਰਦੀ। ਅੱਜ ਤੱਕ ਕਦੇ ਸੁਣਿਆ 800 ਰੁਪਏ 'ਚ ਟਰਾਲੀ ਭਰ ਜਾਏਗੀ ਰੇਤੇ ਦੀ? ਔਰ ਇਹਦੇ ਵਿੱਚ ਭਰਾਈ ਵੀ ਹੈ, ਇਹਦੇ ਵਿੱਚ ਚੁਕਾਈ ਵੀ ਹੈ, ਇਹਦੇ ਵਿੱਚ ਠੇਕੇਦਾਰ ਜ਼ਿਮੀਦਾਰ ਦੇ ਪੈਸੇ ਵੀ ਹੈ। ਅਗਲਾ ਆਵੇ, ਮੈਂ ਕਹਿੰਦਾ ਜੀ ਤੁਸੀਂ, ਇਹ ਦਰਿਆ ਦਾ ਰੇਟ ਹੈ, ਕੋਈ ਬੰਦਾ ਆਪਣੀ ਟਰਾਲੀ ਲਿਆ ਕੇ ਭਰਾ ਲਵੇ, ਕੋਈ ਆਪਣਾ ਟਰੱਕ ਲਿਆ ਕੇ ਭਰਾ ਲਵੇ, ਟਰਾਂਸਪੋਰਟ ਜੇ ਜ਼ਿਆਦਾ ਪੈਸੇ ਲੈਂਦਾ ਆਪਣਾ ਟਰੱਕ ਕਰਕੇ ਲਿਆਓ, ਅਸੀਂ ਤਾਂ ਤੁਹਾਨੂੰ ਭਰ ਕੇ ਦੇਣਾ, ਭਰ ਕੇ ਵੀ ਦੇਵਾਂਗੇ। ਜੇ ਅਗਲਾ ਆਪਣੀ JCB ਨਾਲ ਭਰਦਾ ਆ ਕੇ, ਤਾਂ 1 ਰੁਪਿਆ ਸੈਂਕੜਾ ਭਰਾਈ ਦਾ ਰੇਟ ਹੈ, ਉਹ ਘੱਟ ਹੋ ਜਾਏਗਾ। ਸੋ ਬਹੁਤ ਹੀ ਲਿਬਰਲ ਔਰ ਲੋਕਾਂ ਦੇ ਪੱਖੀ ਐਸੀ ਪਾਲਿਸੀ ਲੈ ਕੇ ਆਏ ਹੈ। ਲੇਕਿਨ ਫਿਰ ਮੈਂ ਕਹਿੰਦਾ ਕਿ ਸਾਡੀ ਪਾਰਟੀ ਦਾ ਵਿਜ਼ਨ ਹੈ ਜਿਹੜਾ, ਉਹ ਆਉਣ ਵਾਲੇ ਸਮੇਂ 'ਚ ਅਸੀਂ ਲਾਗੂ ਕਰਾਂਗੇ, ਔਰ ਨਵੀਂ ਪਾਲਿਸੀ ਜਿਹੜੀ ਅਸੀਂ ਇੱਕ ਵਿਜ਼ਨ ਦੇਵਾਂਗੇ, ਅਤੇ ਕੋਈ ਖੱਡ ਅਸੀਂ ਇਲੀਗਲ ਚੱਲਣ ਨਹੀਂ ਦੇਵਾਂਗੇ। ਠੀਕ ਹੈ, ਪਿਛਲੇ ਸਮੇਂ 'ਚ ਜਿਹੜਾ ਕੁਛ ਹੋਇਆ ਤੁਹਾਨੂੰ ਵੀ ਪਤਾ ਹੈ, ਕੌਣ ਮਜੀਠੀਆ ਸੀ, ਕੌਣ ਸੀ, ਕਿੱਥੇ ਕਿੱਥੇ ਕਿਸ ਤਰ੍ਹਾਂ ਚੱਲਦਾ ਰਿਹਾ, ਇਹੀ ਇੱਥੇ ਸੁਖਵੀਰ ਸੀਗਾ, ਇਹੀ ਕੁਛ ਇੱਥੇ ਹੋਇਆ। ਲੇਕਿਨ ਭਰਾਵੋ ਇੱਕ ਗੱਲ ਦੱਸ ਦਿੰਦਾ, ਹੁਣ ਲੋਕਾਂ ਦੀ ਸਰਕਾਰ ਹੈ, ਮੈਂ ਲੋਕਾਂ ਨੂੰ ਕਹਿ ਦੇਣਾ ਕਿ ਆਪਣਾ ਮੋਬਾਈਲ ਲੈ ਕੇ ਖੜ ਜਾਓ, ਉੱਥੇ ਮੇਰੇ ਨੌਜਵਾਨ ਮੁੰਡੇ ਖੜਨਗੇ, ਪੁਲਿਸ ਵਾਲਿਆਂ ਨੂੰ ਕਹਿਤਾ ਜਾਂ ਤੁਸੀਂ ਨਹੀਂ ਜਾਂ ਮੈਂ ਨਹੀਂ। ਨੌਜਵਾਨ ਮੁੰਡਾ ਇੱਕ ਮੈਨੂੰ ਕੋਈ ਵੀਡੀਓ ਪਾ ਦੇਵੇ ਕਿ ਜੀ ਨੇ ਮੇਰੇ 5.5 ਨਹੀਂ 5 ਰੁਪਏ 60 ਪੈਸੇ ਲਏ, ਜਾਂ ਉਹ ਨਹੀਂ ਆ ਮੈਂ। ਤਹਿਕੀਕਾਤ ਕਰੋ, ਜੇ ਪ੍ਰੂਫ ਹੈਗਾ ਤਾਂ ਦਿਓ, ਠੀਕ ਹੈ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਔਰ ਡੰਕੇ ਦੀ ਚੋਟ ਤੇ ਕਹਿਣਾ ਚਾਹੁੰਦਾ, ਇਹ ਜੋ ਕੁਛ ਸ਼ਰਾਬ 'ਚ ਹੋਇਆ, ਜੋ ਕੁਛ ਰੇਤੇ 'ਚ ਹੋਇਆ, ਇਹ ਇੱਕ ਕਾਰਟਲ ਕਰਕੇ ਹੋਇਆ, ਕਾਰਟਲ ਠੇਕੇਦਾਰੀ 'ਚ ਬਣਦਾ। ਜਿੱਥੇ ਜਿੱਥੇ 35,000 ਕਰੋੜ ਰੁਪਏ ਕਮਾਏ ਗਏ, ਜਿੱਥੇ ਜਿੱਥੇ 3 ਸਾਲਾਂ ਦੇ ਵਿੱਚ 2,500 ਕਰੋੜ ਰੁਪਏ ਕਮਾਏ ਗਏ 300 ਕਿਲੋਮੀਟਰ ਦਰਿਆ 'ਚੋਂ, ਉੱਥੇ ਸਟੇਟ ਓਨਡ ਸੀ, ਉਹ ਉੱਥੇ ਕਾਰਪੋਰੇਸ਼ਨ ਸੀ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਸਵਾਲ ਇਹ ਹੈ ਕਿ ਮਹਾਰਾਜ ਪਾਪੀ ਨਹੀਂ ਮਾਰਨੇ, ਪਾਪ ਮਾਰਨਾ। ਇੱਕ ਸਿਸਟਮ ਐਸਾ ਹੈ ਜਿਹੜਾ ਆ ਕਹਿੰਦਾ ਆ ਆ ਆ, ਹੁਣ ਮੇਰੇ ਨਾਲ ਰਲ, ਜਦੋਂ ਤੂੰ ਚੋਰ ਹੋ ਗਿਆ ਤੇ ਤੈਨੂੰ ਨਾਲ ਰਲਾਵਾਂ। ਸੁਣੋ ਸੁਣੋ ਸੁਣੋ, ਮੈਂ ਮੇਰੀ ਗੱਲ ਪੂਰੀ ਕਰਨੇ ਮਿੱਤਰਾ, ਪੂਰੀ ਕਰਨੇ। ਸਿਸਟਮ ਜਦੋਂ ਉਹ ਹੋਇਆ ਸਟੇਟ ਓਨਡ, ਚਾਹੇ ਸ਼ਰਾਬ ਹੋਵੇ ਤੇ ਚਾਹੇ ਰੇਤਾ ਹੋਵੇ, ਕਿਸੇ ਦਾ ਵਸ ਹੀ ਨਹੀਂ ਚੱਲਣਾ, ਕਿਉਂਕਿ ਉਹ ਸੂਬੇ ਦਾ ਫਿਰ ਸ਼ਰਾਬ ਦੀ ਬੋਤਲ ਵੀ
ਜੇ ਅੱਧਾ ਕਿਲੋਮੀਟਰ ਤੁਰੀ ਤੇ ਪਤਾ ਲੱਗੂ ਉੱਤੇ ਚਿੱਪ ਲੱਗੀ ਹੋਊ। ਇਹ ਨਹੀਂ ਹੈ ਵੀ ਰਾਤ ਨੂੰ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿੱਧਰ ਨੂੰ ਚਲੀ ਗਈ ਤੇ ਕਦੇ ਕਿਹਦੇ ਦਾ ਤੇ ਕਦੇ ਕਿਹਦੇ ਦਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੂਲੇ।